प्राइवेट हस्पतालां वाले मरीज दे मन विच डर पा के किस तरह उस नूं दाखल होण लई मजबूर करदे हन अते अपने पैसे बनाउंदे हन। इस दी इक मिसाल गुरदासपुर दे इक निजी हस्पताल विच उस समय देखण नूं मिली जदों दीनानगर दा इक मरीज पेट विच कुछ शिकायत होण ते गुरदासपुर विच मानव रहित रेलवे रोड ते स्थित इक निजी नामी हस्पताल विच आया। डॉक्टर ने उस नूं हस्पताल दी लैब विच टेस्ट करवाउण लई कहा। उसने हस्पताल दे उपर ही बनी लैब विच टेस्ट करवाए अते उस दी रिपोर्ट मिलन ते रिपोर्ट दी फोटो खिंच के अपने एक जानकार नूं भेज दित्ती। मरीज अनुसार उसका जानकार खुद भी अमृतसर विच लैब चलाउंदा सी। उसने कहा कि टेस्ट रिपोर्ट विच सारे टेस्ट नॉर्मल आए हन, पर जदों रिपोर्ट डॉक्टर कोल गई तां डॉक्टर ने मरीज नूं अंदर बुला के कहा कि उस नूं हस्पताल विच दाखल होना पएगा क्योंकि उसके पेट दीआं नाड़ियां इकट्ठियां हो गईआं हन अते रिपोर्ट विच एमिलेस नाम प्रोटीन दी मात्रा 169 आई है। मरीज अनुसार उसके मन विच डर पा के उस नूं हस्पताल विच दाखल होण लई मजबूर कीता जा रहा सी, जबकि 2 मिनट विच डॉक्टर दे कोल पहुंचदिया ही उसका एमिलेस 100 यूनिट बढ़ गया सी। पड़के हुए मरीज अते उसके रिश्तेदारा दी डॉक्टर नाल काफी बहसबाजी भी हुई अते हुण इस दी शिकायत CMO अते डिप्टी कमिश्नर नूं करन दी भी गल कही जा रही है। ओथे जदों उस महिला डॉक्टर नाल गलबात कीती गई तां डॉक्टर ने असिद्धे तौर ते रिपोर्ट बदलन दी गल नूं जदी कारदे होए कहा कि उस नूं जदों रिपोर्ट मिली तां उस विच एमिलेस दी मात्रा 169 ही सी अते उसने इस वधी हुई मात्रा दे हिसाब नाल ही मरीज नूं हस्पताल विच दाखल होण दी सलाह दित्ती सी। ਇਹ ਪੁੱਛੇ ਜਾਣ ਤੇ ਕਿ ਰਿਪੋਰਟ ਵਿੱਚ ਛੇੜਛਾੜ ਕਿਸਨੇ ਕੀਤੀ ਹੋਵੇਗੀ ਤਾਂ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਸਟਾਫ ਵਿੱਚੋਂ ਕਿਸੇ ਦੀ ਗਲਤੀ ਹੋਵੇਗੀ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਸਟਾਫ ਨੂੰ ਮਰੀਜ਼ ਦੀ ਰਿਪੋਰਟ ਨਾਲ ਛੇੜਛਾੜ ਕਰਕੇ ਉਸਦੇ ਹਸਪਤਾਲ ਵਿੱਚ ਦਾਖਲ ਹੋਣ ਨਾਲ ਕੀ ਫਾਇਦਾ ਹੋ ਸਕਦਾ ਹੈ, ਮਹਿਲਾ ਡਾਕਟਰ ਇਸ ਦਾ ਕੋਈ ਸੰਤੋਸ਼ਜਨਕ ਜਵਾਬ ਨਾ ਦੇ ਸਕੀ। ਜੀ ਮੈਂ ਇੱਥੇ ਆਪਣਾ ਮਾੜਾ ਜਿਹਾ ਚੈੱਕਅਪ ਕਰਾਉਣ ਆਇਆ ਸੀ ਤੇ ਉਹਨਾਂ ਨੇ ਮੈਨੂੰ ਟੈਸਟ ਲੈ ਕੇ ਦਿੱਤੇ। ਮੈਂ ਟੈਸਟ ਕਰਵਾਏ ਤੇ ਮੈਂ ਲੈਬ 'ਚ ਆਪਣਾ ਸੈਂਪਲ ਦਿੱਤਾ ਤੇ ਉੱਥੇ ਮੇਰੀ ਜਿਹੜੀ ਰਿਪੋਰਟ ਆਈ ਲੀਵਰ ਦੀ ਇਨਫੈਕਸ਼ਨ ਉਹ ਆਈ 69। ਰਿਪੋਰਟ ਦੀ ਮੈਂ ਫੋਟੋ ਖਿੱਚ ਲਈ, ਜਿਸ ਵੇਲੇ ਮੈਡਮ ਦੇ ਉਹਦੇ ਦਫ਼ਤਰ 'ਚ ਆਈ ਮੈਡਮ ਨੇ ਉੱਥੇ 169 ਕਰਤੀ। ਕਹਿੰਦੇ ਤੁਹਾਨੂੰ ਐਮਰਜੈਂਸੀ ਐਡਮਿਟ ਕਰਨਾ ਪੈਣਾ, ਤੁਹਾਡੀ ਨਾੜਾਂ ਬਲੋਕ ਹੋ ਗਈਆਂ। ਮਤਲਬ ਕਿ ਮੈਨੂੰ ਇੱਕ ਦਾਖਲ ਇਹਨਾਂ ਨੇ ਟ੍ਰੀਟਮੈਂਟ ਵੀ ਮੈਨੂੰ ਲਿਖਤਾ, ਇਹ ਮੇਰੀਆਂ ਰਿਪੋਰਟਾਂ, ਇਹਨਾਂ ਨੇ ਮੈਨੂੰ ਟ੍ਰੀਟਮੈਂਟ ਵੀ ਲਿਖਤਾ, ਇਹ ਟ੍ਰੀਟਮੈਂਟ ਲਿਖਤਾ, ਪੇਟ ਦੀ ਨਾੜਾਂ ਦੇ ਇੰਜੈਕਸ਼ਨ ਲਿਖਦੇ, ਇਹ ਦਾਖਲ ਹੋਵੋ, ਕਮਰਾ ਲਓ, ਮਤਲਬ 10,000 ਰੁਪਇਆ ਰੋਜ਼ ਦਾ ਮੇਰਾ ਬਣੇ, 5 ਦਿਨ ਦਾ ਮਤਲਬ 50,000 ਮੈਨੂੰ ਦੇ ਕੇ ਜਾਏ ਪੇਸ਼ੈਂਟ, ਇੱਦਾਂ ਨਾ ਜਾਏ। ਬਸ ਇਹ ਗੱਲਬਾਤ ਹੈ, ਮੈਂ ਕਿਹਾ ਕਿ ਇੱਥੇ ਜਿਹੜਾ ਧੰਦਾ ਚੱਲ ਰਿਹਾ ਇਹ ਬੰਦ ਹੋਣਾ ਚਾਹੀਦਾ, ਇਹ ਬੰਦਨਾ ਰੋੜਾ। ਮੈਂ ਪੁਨੀਤ ਮਾਈਂ ਦਾ ਵੱਡਾ ਬ੍ਰਦਰ ਹਾਂ। ਗੱਲ ਇਸ ਤਰ੍ਹਾਂ ਸੀ ਕਿ ਛੋਟਾ ਬ੍ਰਦਰ ਗੁਰਦਾਸਪੁਰ ਕਿਸੇ ਕੰਮ ਆਇਆ ਸੀਗਾ, ਥੋੜ੍ਹੀ ਜਿਹੀ ਉਹਦੀ ਪੇਟ 'ਚ ਥੋੜ੍ਹੀ ਜਿਹੀ ਦਰਦ ਜੀ ਮਹਿਸੂਸ ਹੋ ਰਹੀ ਹੈ ਅਤੇ ਉਹਨੇ ਮੈਡਮ ਬੰਦਨਾ ਰੋੜਾ ਦੇ ਆਣ ਕੇ ਦੱਸਿਆ, ਜਦਕਿ ਅਸੀਂ ਪਹਿਲੇ ਵੀ ਇੱਥੇ ਆ ਚੁੱਕੇ ਹਾਂ, ਸਾਡਾ ਬਹੁਤ ਜ਼ਿਆਦਾ ਫੇਥ ਬਣਿਆ ਸੀ, 4-5 ਵਾਰੀ ਇਹਨਾਂ ਇੱਥੇ ਆ ਚੁੱਕੇ, ਸਾਡਾ ਪੂਰਾ ਫੇਥ ਬਣਿਆ ਸੀ ਇਹਨਾਂ ਦੇ ਕਿ ਇਹ ਡਾਕਟਰ ਸਹੀ ਨੇ। ਉਹਨਾਂ ਨੇ ਆਉਂਦੇ ਹੀ ਇਹਨਾਂ ਕੋਲ ਟੈਸਟ ਦੀ ਉਹਨਾਂ ਕਿਹਾ ਕਿ ਇਹਨਾਂ ਦਾ ਟੈਸਟ ਕਰਵਾਓ, 1980 ਰੁਪਏ ਦੇ ਇਹਨਾਂ ਨੇ ਟੈਸਟ ਦੇ ਪੈਸੇ ਲਏ। ਰਿਪੋਰਟ ਲੈਬ ਤੋਂ ਰਿਪੋਰਟ ਲਈ, ਜਦੋਂ ਰਿਪੋਰਟ ਉਹਨਾਂ ਨੇ ਮੁੰਡੇ ਨੇ ਆਪਣੇ ਹੱਥ 'ਚ ਫੜੀ, ਉਹਨੇ ਉਸੇ ਵੇਲੇ ਫੋਟੋ ਖਿੱਚ ਕੇ ਮੈਨੂੰ ਉਹ ਫੋਟੋ ਸੈਂਡ ਕੀਤੀ, ਫੋਟੋ ਸੈਂਡ ਕਰਕੇ ਉਹਨੇ ਰਿਪੋਰਟ ਮੈਡਮ ਦੇ ਦਫ਼ਤਰ ਭੇਜਤੀ ਆ। ਦਫ਼ਤਰ ਭੇਜਣ ਤੋਂ ਬਾਅਦ ਉਹ ਰਿਪੋਰਟ ਬਿਲਕੁਲ ਚੇਂਜ ਹੋ ਗਈ ਹੈ, 69 ਇਨਫੈਕਸ਼ਨ ਸੀਗੀ, ਦਫ਼ਤਰ ਆਉਂਦੇ ਹੀ ਉਹ ਮੈਡਮ ਦੇ ਦਫ਼ਤਰ ਆਉਂਦੀ 169 ਹੋ ਗਿਆ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਐਮਰਜੈਂਸੀ ਐਡਮਿਟ ਕਰਨਾ ਹੀ ਪੈਣਾ, ਉਹਨਾਂ ਦੀ ਪੇਟ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਉਹਨਾਂ ਦੇ ਨੱਕ 'ਚ ਪਾਈ ਪਾਣੀ ਪੈਣੀ ਹੈ, ਖੂਨ ਬਲੱਡ ਬਾਹਰ ਆ ਸਕਦਾ, ਕੁਛ ਵੀ ਹੋ ਸਕਦਾ, ਤੁਹਾਨੂੰ ਘਰ ਜਾਣ ਦੀ ਨੌਬਤ ਬਿਲਕੁਲ ਨਹੀਂ ਹੋਣੀ, ਤੁਸੀਂ ਇੱਥੇ ਐਡਮਿਟ ਹੋ ਜਾਓ, ਐਟ ਦੇ ਟਾਈਮ ਐਡਮਿਟ ਹੋ ਜਾਓ। ਅਤੇ ਜਦੋਂ ਉਹ ਰਿਪੋਰਟ ਦੇ ਮੁਤਾਬਕ ਅਸੀਂ ਬਾਹਰ ਕਿਸੇ ਨੂੰ ਪਤਾ ਇਹੀ ਗੱਲ ਕੀ ਕਿ ਇਸ ਰਿਪੋਰਟ ਦੇ ਮੁਤਾਬਕ ਤਾਂ ਕਿਸੇ ਨੂੰ ਕੋਈ ਹੋਇਆ ਕੁਛ ਨਹੀਂ ਹੈ, ਬਿਲਕੁਲ ਓਕੇ ਰਿਪੋਰਟ ਹੈ। ਅਤੇ ਦੇਖੋ ਜੀ, ਜੇ ਉਹ ਬੰਦਾ ਇਸ ਵੇਲੇ ਐਡਮਿਟ ਹੋ ਗਿਆ ਹੁੰਦਾ ਤਾਂ ਉਹਨਾਂ ਨੇ ਰੋਜ਼ ਦਾ 10,000 ਅਤੇ 5 ਦਿਨਾਂ ਦਾ ਉਹਨਾਂ ਨੇ 50,000 ਰੁਪਇਆ ਖੋਣਾ ਸੀ, ਜੋ ਕਿ ਅਸੀਂ ਪਹਿਲੇ ਵੀ ਇਹਨਾਂ ਨੂੰ ਦੇ ਕੇ ਜਾ ਚੁੱਕੇ ਹਾਂ ਐਸੇ ਰਿਪੋਰਟਾਂ ਦੇ ਸਾਨੂੰ, ਜਿੱਦਾਂ ਝੂਠੀਆਂ ਰਿਪੋਰਟਾਂ ਨੇ ਕੀਤੀਆਂ। 3-4 ਵਾਰ ਅਸੀਂ ਇੱਥੇ ਦੇ ਕੇ ਗਏ ਹਾਂ, 70,000 ਇੱਕ ਦਿਨ ਦੇ ਕੇ, 75,000 ਇੱਕ ਵਾਰੀ ਦੇ ਕੇ, ਆਪਣੀ ਛੋਟੀ ਇੱਕ ਲੜਕੀ ਇੱਥੇ ਦਾਖਲ ਕਰਾਏ ਉਹਦੇ ਵੀ 80,000 ਰੁਪਏ ਉਹਨਾਂ ਨੂੰ ਦੇ ਕੇ ਗਏ ਹਾਂ ਝੂਠੀਆਂ ਰਿਪੋਰਟਾਂ ਦੇ ਕਰਕੇ। ਅਸੀਂ ਚਾਹੁੰਦੇ ਹਾਂ ਕਿ ਇਹ ਧਾਂਦਲੀ ਬੰਦ ਹੋਏ, ਉਹਨਾਂ ਦੇ ਪਰਚਾ ਹੋਏ, ਇਹ ਹੋਸਪਿਟਲ ਬੰਦ ਹੋਏ, ਉਹਨੂੰ ਤਾਲਾ ਲੱਗੇ। ਡਾਕਟਰ ਨੇ ਕਿਹਾ, ਡਾਕਟਰ ਕਹਿੰਦੇ ਸਟਾਫ ਦੀ ਹੈ, ਹੋ ਸਕਦੀ ਸਟਾਫ ਦੀ ਗਲਤੀ ਹੋ ਸਕਦੀ ਯਾਰ, ਬਸ ਸਟਾਫ ਉਹਨਾਂ ਦੇ ਨਾਲ ਰਲਿਆ ਸਾਰਾ ਹੀ, ਉਹਨਾਂ ਸਟਾਫ ਨੂੰ ਕਿਹਾ ਕਿ ਤੁਸੀਂ ਇਹ ਕੰਮ ਕਰਨਾ ਅਤੇ ਪੇਸ਼ੈਂਟ ਇੱਥੇ ਐਡਮਿਟ ਹੋਏ, ਸਾਰਾ ਸਟਾਫ ਨਾਲ ਰਲਿਆ ਉਹਨਾਂ ਦੇ।
पेश है ना पुनीत जी का कहना है कि मेरी रिपोर्ट दे विच सीरम माइलेज 69 सीगा, मेरे को जड़ी रिपोर्ट आई और विच सीरम माइलेज 169 सीगा। मेरे को 169 आया तो उन्होंने ही मैं अंडरलाइन करके इन्हों दसिया थोड़े जे लिवर की इनफेक्शन वधी हुई है तो थोड़ा जहा इनफेक्शन पेट की आई है, उल्टी वाला मन हो सकता है, उल्टी आ भी सकती है, खाना मना किया शाम तक जेरे इलाज रवो अंदर। क्लैरिकल मिसटेक भी हो सकती है, उपरों आई है हूँ रिपोर्ट, मैं कि पता हूँ किन्ने रिपोर्ट से एकल आया। लैब वालों भी हो सकती है, स्टाफ वालों भी हो सकती है, एमओ भी ऑन ड्यूटी है, स्टाफ भी है। गलती मैं तो आप बैठी हूँ, माफी मंगन फिर मैं इन्हों पुनीत एह क्या ना कि अगर गलती हुई है क्लैरिकल मिसटेक भी तो हो सकती ना, एक लग गया तो ठीक है ना। हाँ जी लेकिन उन्होंने की फायदा होना, मेरे को जीरो रिपोर्ट आई 169 है तो मैं 169 के हिसाब न ही ट्रीटमेंट शुरू करना सी ना, मेरे को रिपोर्ट 169 आई है। ठीक है जी जो रिपोर्ट आई है अगर 169 है तो उस हिसाब से इन्फेक्शन हैगी है, अगर कल 69 है तो फिर इन्फेक्शन नहीं हैगी। ठीक है रिपोर्ट एनी आई है कमरे च आंदे रिपोर्ट 169 किवें आ गई। ठीक है गुरदासपुर तो जतिंदर कुंडल दी रिपोर्ट सिटी होम न्यूज।